ਡਾਟਾ ਚੋਰੀ ਅਤੇ ਠੱਗੀ ਦੇ ਮਾਮਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਨੇ ਅਜਿਹੇ ਵਿੱਚ ਤੁਹਾਡੇ ਫੋਨ ਦੇ Google Play Store ਤੇ ਕਈ ਐਪਸ ਅਜਿਹੇ ਨੇ ਜੋ ਕਾਫੀ ਖਤਰਨਾਕ ਨੇ Google ਨੇ Play Store ਵਿੱਚੋਂ 7 Android ਐਪਸ ਤੇ ਪਾਬੰਦੀ ਲਗਾ ਦਿੱਤੀ ਹੈ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਕੋਈ ਵੀ ਇਨ੍ਹਾਂ ਖਤਰਨਾਕ ਐਪਸ ਨੂੰ ਡਾਊਨਲੋਡ ਨਾ ਕਰ ਸਕੇ ਜੇਕਰ ਕਿਸੇ ਨੇ ਬੈਨ ਕੀਤੇ ਇਹਨਾਂ ਐਪਸ ਵਿੱਚੋਂ ਕੋਈ ਵੀ ਐਪ ਪਹਿਲਾਂ ਹੀ ਡਾਊਨਲੋਡ ਕੀਤਾ ਹੋਇਆ ਹੈ ਤਾਂ ਉਸ ਨੂੰ ਤੁਰੰਤ ਡਿਲੀਟ ਕਰਨ ਵਿੱਚ ਕੋਈ ਦੇਰੀ ਨਹੀਂ ਕਰਨੀ ਚਾਹੀਦੀ ਟੈਟੀਆਨਾ ਨੇ ਪਾਇਆ ਹੈ ਕਿ 7 ਐਪਸ ਟ੍ਰੋਜਨ ਜੋਕਰ ਵਰਗੇ ਮਾਲਵੇਅਰ ਤੋਂ ਪ੍ਰਭਾਵਿਤ ਸਨ ਇਸ ਸਮੱਸਿਆ ਦੇ ਸਾਹਮਣੇ ਆਉਣ ਤੋਂ ਬਾਅਦ Google ਨੇ ਉਹਨਾਂ ਐਪਸ ਨੂੰ ਪਹਿਲਾਂ ਹੀ ਹਟਾ ਦਿੱਤਾ ਚਿੰਤਾ ਵਾਲੀ ਗੱਲ ਇਹ ਹੈ ਕਿ ਲੱਖਾਂ ਲੋਕ ਪਹਿਲਾਂ ਹੀ ਇਹਨਾਂ ਐਪਸ ਨੂੰ ਡਾਊਨਲੋਡ ਕਰ ਚੁੱਕੇ ਨੇ ਅਤੇ ਲੋਕ ਅਜੇ ਵੀ ਇਹਨਾਂ ਦੀ ਵਰਤੋਂ ਕਰ ਰਹੇ ਨੇ ਅਜਿھے ਵਿੱਚ ਇਹਨਾਂ ਐਪਸ ਦੀ ਵਰਤੋਂ ਕਰਨ ਵਾਲਿਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ ਉਹਨਾਂ ਨੂੰ ਅਜਿھے ਕਿਸੇ ਵੀ ਲਿੰਕ ਨੂੰ ਓਪਨ ਨਹੀਂ ਕਰਨਾ ਚਾਹੀਦਾ ਜੋ ਉਹਨਾਂ ਨੂੰ ਸ਼ੱਕੀ ਲੱਗਦੇ ਨੇ ਅਤੇ ਉਹ ਗੈਰ ਕਾਨੂੰਨੀ ਖਰੀਦਦਾਰੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ Google ਵੱਲੋਂ ਬੈਨ ਕੀਤੇ ਨੇ ਐਪਸ ਵਿੱਚੋਂ ਜੇਕਰ ਤੁਹਾਡੇ smartphone ਵਿੱਚ ਅਜਿਹੇ 7 ਐਪਸ ਨੇ ਜਿਨ੍ਹਾਂ ਦਾ ਨਾਮ ਹੈ Now QR Code Scan Emoji 1 Keyboard Battery Charging Animations Battery Wallpaper Dazzling Keyboard Volume Booster Louder Sound Equalizer Superhero Effect Classic Emoji Keyboard ਐਪਸ ਮੌਜੂਦ ਨੇ ਤਾਂ ਉਹਨਾਂ ਨੂੰ ਤੁਰੰਤ ਡਿਲੀਟ ਕਰ ਦਿਓ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਕਾਫੀ ਨੁਕਸਾਨ ਝੱਲਣਾ ਪੈ ਸਕਦਾ ਹੈ ਚੰਡੀਗੜ੍ਹ ਤੋਂ ਪੀਬੀਸੀ ਨਿਊਜ਼ ਲਈ ਬਿਊਰੋ ਰਿਪੋਰਟ